ਐਸਐਸਪੀ ਸਾਹਿਬ ਹੁਸ਼ਿਆਰਪੁਰ ਜੀ ਦੀਆਂ ਹਦਾਇਤਾਂ 'ਤੇ ਅੱਜ ਮਕੇਰੀਆਂ ਵਿਖੇ ਕਸ ਓਪਰੇਸ਼ਨ ਕਰਾਇਆ ਗਿਆ, ਕੋਰਡਨ ਐਂਡ ਸਰਚ ਓਪਰੇਸ਼ਨ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਰੇਲਵੇ ਸਟੇਸ਼ਨ ਦਾ ਸਰਾਊਂਡਿੰਗ ਏਰੀਆ ਔਰ ਰੇਲਵੇ ਸਟੇਸ਼ਨ ਔਰ ਰੇਲਵੇ ਸਟੇਸ਼ਨ ਦੀ ਪਾਰਕਿੰਗ ਉੱਥੇ ਅਸੀਂ ਚੈਕਿੰਗ ਕੀਤੀ ਹੈ। ਉਸ ਤੋਂ ਬਾਅਦ ਅਸੀਂ ਬੱਸ ਸਟੈਂਡ ਮਕੇਰੀਆਂ ਉੱਥੇ ਜਿੰਨੀਆਂ ਪਾਰਕਿੰਗਸ ਹੈਗੀਆਂ ਨੇ ਪਲੱਸ ਬੱਸ ਸਟੈਂਡ ਦੇ ਉੱਤੇ ਜਿੰਨੇ ਵੀ ਸ਼ੱਕੀ ਵਿਅਕਤੀ ਜਿਹੜੇ ਹੈਗੇ ਨੇ ਸਾਰਿਆਂ ਤੋਂ ਆਈਡੈਂਟੀਫਿਕੇਸ਼ਨ ਪਤਾ ਕਰਕੇ ਪੁੱਛਗਿੱਛ ਕੀਤੀ ਹੈ ਔਰ ਪਾਰਕਿੰਗਾਂ ਵਿੱਚੋਂ ਸਾਨੂੰ ਕਰੀਬ 10 ਮੋਟਰਸਾਈਕਲ ਵਿਦਆਊਟ ਨੰਬਰ ਉਹ ਮਿਲੇ ਨੇ, ਉਹਨਾਂ ਨੂੰ ਅਸੀਂ ਕਬਜ਼ੇ 'ਚ ਲਿਆ ਔਰ ਵੈਰੀਫਿਕੇਸ਼ਨ ਤੋਂ ਬਾਅਦ ਉਹਨਾਂ ਦੀ ਕਾਰਵਾਈ ਕੀਤੀ ਜਾਊਗੀ। ਔਰ ਇਸ ਤੋਂ ਇਲਾਵਾ ਅਸੀਂ ਕਰਾਊਡਡ ਏਰੀਆ ਸ਼ਹਿਰ ਦੇ ਜਿਹੜੇ ਹੈਗੇ ਨੇ ਉਹ ਵੀ ਸਰਚ ਕਰ ਰਹੇ ਹਾਂ ਤਾਂ ਕਿ ਕੋਈ ਵੀ ਗਲਤ ਐਲੀਮੈਂਟ ਬੈਡ ਐਲੀਮੈਂਟ ਜਿਹੜਾ ਇੱਥੇ ਕੋਈ ਇੰਸੀਡੈਂਟ ਨਾ ਕਰ ਸਕੇ। ਮੈਂ ਪਬਲਿਕ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਪੁਲਿਸ ਦਾ ਸਹਿਯੋਗ ਕਰੋ, ਜੇਕਰ ਕੋਈ ਵੀ ਕ੍ਰਾਈਮ ਹੁੰਦਾ ਜਾਂ ਕੋਈ ਵੀ ਵਿਅਕਤੀ ਉਹਨਾਂ ਨੂੰ ਦਿਖਦਾ ਹੈ ਸ਼ੱਕੀ ਤਾਂ ਉਸਦਾ ਉਸਦਾ ਜਿਹੜਾ ਸਾਡੇ ਨੋਟਿਸ ਵਿੱਚ ਲਿਆਓ। ਹਾਂ ਮੈਂ ਦੱਸਤਾ ਜਿਹੜੇ ਵਿਦਆਊਟ ਨੰਬਰ ਵਹੀਕਲਸ ਹੈਗੇ ਨੇ 10 ਉਹ ਆਪਾਂ ਰਿਕਵਰ ਕੀਤੇ ਅੱਜ।